पठानकोट जिले के पुआ हल्के पेंदे पिंड राजपुरा तो एक दिल दहलाने वाली घटना सामने आई है, जिथे अणपछाते व्यक्तियों वालों बीती रात तीन पशुओं की बेरहमी नाल हत्या कर दी गई है। पशुओं के मालिक बोधराज ने दस्या कि जदों सवेर समय पशुओं को चारा पाने लई पहुंचे तो उन्हां दीआं दो गावां मरियां पईआं होईआं सन अते एक मज दे कन्न ते तेजधार हथियार नाल फट लगे हुए सन। पत्रकारां ने जदों बोधराज नूं उन्हां दी मंग पुछी तां उन्हां कहा कि उन्हां नूं प्रशासन तों कोई उम्मीद नहीं है। मौके ते पहुंचे पशु चिकित्सक ने दस्या कि उन्हां कि दो गावां पहला ही मर चुकियां सन ते एक मज जिस नूं कि उन्हां वल्लों फस्ट एड दित्ती गई गंभीर जख्मी होने कारण कुछ देर बाद उसकी भी मौत हो गई। उत्थे ही जांच लई मौके ते पहुंची ते पुलिस पार्टी भी पहुंच गई है। जानकारी देंदे एसपी मनोज ठाकुर ने दस्या कि वह मामले की जांच कर रहे हैं ते इलाके दे सीसीटीवी खंगाले जा रहे हैं ते जल्द ही दोषियों नूं काबू करके सलाखां दे पिछे कीता जाएगा। नाल ही उन्हां ने माड़े अंसरां नूं चेतावनी भी दित्ती है। ਕੀ ਗੱਲਬਾਤ ਹੋਈ ਇੱਥੇ? ਇੱਥੇ ਗੱਲਬਾਤ ਇਹ ਹੋਈ ਹੈ ਜੀ, ਸਵੇਰੇ ਅਸੀਂ ਆਏ ਪੱਠੇ ਪਾਉਣ ਤੇ ਡੰਗਰ ਸਾਡੇ ਤਾਂ ਮਾਰ ਦਿੱਤੇ। ਕਿੰਨੇ ਡੰਗਰ ਸੀਗੇ ਤੇ? ਇੱਕ ਝੋਟੀ ਤੇ ਦੋ ਗਾਵਾਂ। ਕਿੱਦਾਂ ਮਾਰਿਆ ਗਿਆ ਉਹਨਾਂ ਨੂੰ? ਇਹ ਹੁਣ ਸਾਨੂੰ ਨਹੀਂ ਪਤਾ, ਅਸੀਂ ਦੇਖਿਆ ਕਿੰਨੇ ਕਿੱਦਾਂ ਮਾਰੇ ਗਏ। ਕੰਨ ਵੜਿਆ, ਕੰਨ ਵੜ ਕੇ ਲੱਗ ਗਿਆ। ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ? ਦੇਖੋ ਜੀ, ਹਿਸਾਬ ਤੇ ਜਾਣਾ ਤੇ 50-60 ਹਜ਼ਾਰ ਦਾ ਤੇ ਮੈਂ ਹੀ ਝੋਟੀ ਸਾਡੀ ਸਹੀ ਪੁੱਛਿਆ ਜਾਵੇ। ਗਾਂ ਆ ਬੈਠ ਸੂਣ ਵਾਲੀ ਬੈਠ ਸੀ, ਇੱਕ ਗਾਂ ਪੱਕੀ ਸੀ ਸ਼ੈਣੀ ਵਿਚਾਰੀ, ਉਹ ਵੀ ਵਿਚਾਰੀ ਡਿੱਗ ਪਈ। ਉਹ ਦੁੱਧ ਦਿੰਦੀ ਘੁੱਟ ਘੁੱਟ ਕਿਲੋ ਦੁੱਧ ਦਾ, ਤਾਂ ਉਹਦਾ ਵੀ ਕੰਮ ਕਰਕੇ। ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ? ਕਿੰਨੇ ਗਰੀਬਾਂ ਨੂੰ ਜੋ ਸਰਕਾਰ ਕਰੇਗੀ, ਇਹ ਗਰੀਬਾਂ ਨੂੰ ਕੌਣ ਦਿੰਦਾ? ਵਿਚਾਰਿਆਂ ਨੂੰ ਗਰੀਬਾਂ ਦੀ ਕੋਈ ਮਦਦ ਕਰਦਾ ਹੀ ਨਹੀਂ ਜਿਹੜੀ। ਔਰ ਕਿਹੜੇ ਹੋਸਪਿਟਲ ਤੋਂ ਆਏ? ਮੇਰਾ ਨਾਮ ਹਿੰਮਤ ਹੈ ਜੀ, ਮੈਂ ਸੀਵੀਡੀ ਰਾਜਪੁਰਾ ਤੋਂ ਹਾਂ ਜੀ। ਤੇ ਮੈਂ ਵੈਟਨਰੀ ਇੰਸਪੈਕਟਰ ਦੀ ਪੋਸਟ 'ਤੇ ਹਾਂ ਜੀ ਇੱਥੇ। ਅਤੇ ਮੈਨੂੰ ਮੌਕੇ 'ਤੇ ਸਰਪੰਚ ਸਾਹਿਬ ਦਾ ਫੋਨ ਗਿਆ ਜੀ, ਅਤੇ ਉਹਨਾਂ ਦੱਸਿਆ ਕਿ ਇੱਦਾਂ ਦੀ ਵਾਰਦਾਤ ਹੋ ਗਈ ਹੈ ਕਿ ਪਸ਼ੂਆਂ ਨੂੰ ਕਿਸੇ ਨੇ ਕੱਟਿਆ ਹੈਗਾ। ਅਤੇ ਮੈਂ ਇੱਥੇ ਪਹੁੰਚਿਆ ਮੌਕੇ 'ਤੇ, ਅਤੇ ਆ ਕੇ ਮੈਂ ਦੇਖਿਆ ਹੈਗਾ ਕਿ ਪਸ਼ੂਆਂ ਦੀ ਕੰਡੀਸ਼ਨ ਬਿਲਕੁਲ ਹੀ ਡੈੱਡ ਆ। ਦੋ ਪਸ਼ੂ ਪਹਿਲਾਂ ਤੋਂ ਆਲਰੇਡੀ ਡੈੱਡ ਹੈਗੇ ਸੀਗੇ, ਇੱਕ ਜਿਹੜਾ ਸੀਗਾ ਉਹ 5% ਜਿਹੜਾ ਸੀਗਾ ਕਿ ਹਜੇ ਹੈ ਸੀਗਾ, ਪਰ ਜਦੋਂ ਉਹਨੂੰ ਅਸੀਂ ਫਸਟ ਏਡ ਦਿੱਤੀ ਆ, ਫਸਟ ਏਡ ਦੇਣ ਤੋਂ ਦੌਰਾਨ ਹੀ ਉਹ ਵੀ ਸਡਨ ਡੈੱਥ ਹੋ ਗਈ। ਹੁਣ ਤਿੰਨੇ ਡੈੱਡ? ਹਾਂਜੀ ਹਾਂਜੀ, ਤਿੰਨੇ ਡੈੱਡ। ਕੀ ਲੱਗਦਾ ਮਾਰਨ ਕੀ ਲੱਗਦਾ ਕਿ ਬਾਕੀ ਸਾਡੀ ਟੀਮ ਪਠਾਨਕੋਟ ਤੋਂ ਆਏਗੀ, ਦਫ਼ਤਰ ਤੋਂ ਆਉਣਗੇ, ਸਾਡੇ ਅਫਸਰ ਸਾਹਿਬਾਨ ਆਉਣਗੇ, ਉਹ ਆ ਕੇ ਇਹਨਾਂ ਦਾ ਪੋਸਟਮਾਰਟਮ ਵਗੈਰਾ ਕਰਨਗੇ, ਟੀਮ ਬਣੇਗੀ, ਉਹੀ ਆ ਕੇ ਇਹਨਾਂ ਦਾ ਦੱਸ ਸਕਦੇ ਕਿਉਂਕਿ, ਹੈ ਨਾ? ਠੀਕ ਹੈ। ਇਹ ਨਾ ਕਿਤੇ ਰਾਤ ਕਿਸੇ ਨੇ ਦੋ ਗਾਵਾਂ ਨੇ ਜਿਹਨਾਂ ਨੂੰ ਹਾਲੇ ਕਿਤੇ ਪੋਸਟਮਾਰਟਮ ਕਰਾਉਣ ਲੱਗੇ ਆਪਾਂ, ਕਿ ਪੋਇਜ਼ਨ ਦਿੱਤਾ, ਕਹਿੰਦੇ ਮਰ ਗਈਆਂ, ਉਹ ਪੋਇਜ਼ਨ ਹੋ ਸਕਦਾ ਪੋਇਜ਼ਨ ਦਿੱਤਾ ਹੋਵੇ। ਅਤੇ ਇੱਕ ਜਿਹੜੀ ਉਹ ਕੱਟੀ ਹੈਗੀ ਆ, ਉਹਦੇ ਗਲਾ ਵੱਢਿਆ ਹੋਇਆ ਅਤੇ ਕੰਨ ਵੱਢਿਆ ਹੋਇਆ, ਅਤੇ ਉਹਦੇ ਉੱਪਰ ਅਸੀਂ FIR ਵੀ ਦਰਜ ਕਰਨ ਲੱਗੇ ਹਾਂ। ਜਿਹੜੇ ਜਿਹਨੇ ਵੀ ਬੰਦਾ ਕੀਤਾ ਜਲਦੀ ਜਲਦੀ ਫੜ ਕੇ ਅਤੇ ਉਹਨੂੰ ਅੰਦਰ ਭੇਜਾਂਗੇ। ਅਤੇ ਤਫਤੀਸ਼ ਕਿੱਥੇ ਤੱਕ ਪਹੁੰਚੀ? ਤਫਤੀਸ਼ ਸ਼ੁਰੂ ਹੋ ਗਈਆਂ, ਮੈਂ ਪਾਰਟੀਆਂ ਜਿਹੜੀਆਂ ਬਣਾ ਕੇ ਭੇਜਤੀਆਂ, ਸਾਰੇ ਆਪਾਂ ਚੈੱਕ ਕਰ ਰਹੇ ਨੇ, ਜਿੰਨੇ ਵੀ CCTV ਕੈਮਰੇ, ਹੋਰ ਵੀ ਬੰਦਿਆਂ ਤੋਂ ਵੀ ਪੁੱਛਗਿੱਛ ਕਰ ਰਹੇ ਹਾਂ। ਪਿੰਡਾਂ 'ਚ ਕੋਈ ਰਾਤ ਨੂੰ ਘੁੰਮਦਾ ਸੀਗਾ, ਫਿਰਦਾ ਕੋਈ ਬੰਦਾ ਇਹੋ ਜਿਹਾ ਹੈਗਾ ਜਿਹੜਾ ਸ਼ਰਾਰਤੀ ਹੈਗਾ ਜਿਹਨੇ ਇਹ ਕੰਮ ਕੀਤਾ, ਬਹੁਤ ਗਲਤ ਗਰੀਬ ਆਦਮੀ ਆ ਬੋਧਰਾਜ। ਇਹਦੇ ਨਾਲ ਅਸੀਂ ਸਾਰੀ ਪੁਲਿਸ ਸਾਰੇ ਨਾਲ ਖੜ੍ਹੇ ਹਾਂ, ਅਤੇ ਇਹਨੂੰ ਜਲਦੀ ਜਲਦੀ ਅਸੀਂ ਟਰੇਸ ਕਰਕੇ ਅਤੇ ਉਹਨਾਂ ਨੂੰ ਜਿਹੜੇ ਵੀ ਮੁਲਜ਼ਮ ਹੋਣਗੇ ਉਹਨਾਂ ਨੂੰ ਵੀ ਅੰਦਰ। ਸਰ, ਪਹਿਲਾਂ ਵੀ ਇੱਕ ਦੋ ਘਟਨਾ ਹੋ ਚੁੱਕੀ ਹੈ ਇਸੇ ਪਿੰਡ ਦੇ ਵਿੱਚ? ਪਹਿਲਾਂ ਤਾਂ ਸਾਡੇ ਨੌਲੇਜ 'ਚ ਨਹੀਂ, ਹੁਣ ਦੱਸ ਰਹੇ ਨੇ। ਐਸੇ ਸ਼ਰਾਰਤੀ ਤੱਥਾਂ ਨੂੰ ਜਿਹੜਾ ਕੀ ਸੁਨੇਹਾ ਦੇਣਾ ਚਾਹੋਗੇ? ਇਹਨਾਂ ਨੂੰ ਇਹੀ ਸੁਨੇਹਾ ਕਿ ਇਹੋ ਜਿਹਾ ਕੰਮ ਨਾ ਕਰੋ, ਵੱਧ ਤੋਂ ਵੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ। ਠੀਕ। ਐਜੂਕੇਸ਼ਨ ਇੰਬਰੇਨਸ ਨਾਟ ਓਨਲੀ ਫੈਕਟਸ ਬਟ ਆਲਸੋ ਵੈਲਿਊਜ਼। ਇਟ ਇਨਕਲਕੇਟਸ ਸੱਚ ਗੁੱਡ ਪ੍ਰੈਕਟਿਸਿਸ ਵਿਚ ਮੇ ਰਿਵੀਲ ਆਰ ਕੁਆਲਿਟੀਜ਼ ਐਂਡ ਪਰਫੈਕਸ਼ਨਸ ਇਨ ਐਵਰੀ ਸਫੇਅਰ ਆਫ ਲਾਈਫ। ਵੀ ਐਜ਼ ਅ ਪਾਰਟ ਆਫ ANM ਇੰਸਟੀਟਿਊਟ empower knowledge with practical approach. Students can accumulate knowledge and information from wide range of books, journals available in the library. We also nurture the skills of our future managers by the use of well-equipped and furnished laboratories. ANM group of institutes endeavors to impart such value-based education to our students. We welcome you all to ANM group of institutes Pathankot.